ਟੀਈਟੀ ਦੀ ਪ੍ਰੈਪਰੇਸ਼ਨ ਕਰਦੇ ਕੈਂਡੀਡੇਟ ਨੂੰ ਅਕਸਰ ਇਹ ਮੁਸ਼ਕਲ ਆਉਂਦੀ ਹੈ ਕਿ ਜਿਹੜੇ ਮੇਨ ਥਿੰਕਰ ਨੇ ਐਜੂਕੇਸ਼ਨਲ ਸਾਈਕੋਲੋਜਿਸਟ ਨੇ ਉਹਨਾਂ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਜਵਾਬ ਦੇਣੇ ਔਖੇ ਹੋ ਜਾਂਦੇ ਨੇ। ਇਹ ਬਿਲਕੁਲ ਠੀਕ ਵੀ ਹੈ ਕਿਉਂਕਿ ਇਹ ਇੰਪੋਰਟੈਂਟ ਇੰਨੇ ਜ਼ਿਆਦਾ ਨੇ, ਸਿਰਫ ਪਹਿਲੇ ਪੇਪਰ CDP ਵਿੱਚ ਨਹੀਂ ਆਉਂਦੇ ਕਿਉਂਕਿ ਇਹਨਾਂ ਥਿਊਰੀਆਂ ਦੀ ਐਪਲੀਕੇਸ਼ਨ ਲੈਂਗੁਏਜ 1 ਦੀ ਪੈਡਾਗੋਜੀ, ਲੈਂਗੁਏਜ 2 ਦੀ ਪੈਡਾਗੋਜੀ ਔਰ ਸੋਸ਼ਲ ਸਾਇੰਸ ਦੀ ਪੈਡਾਗੋਜੀ, ਮੈਥ ਸਾਇੰਸ ਦੀ ਪੈਡਾਗੋਜੀ, ਦੂਸਰੇ ਸਬਜੈਕਟਾਂ ਦੀ ਪੈਡਾਗੋਜੀ ਦੇ ਕੁਐਸਚਨਾਂ ਵਿੱਚ ਵੀ ਅਪਲਾਈ ਹੁੰਦੀ ਹੈ। ਦੈਟ ਇਜ਼ ਵਾਈ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਇਹ ਸੀਰੀਜ਼ ਚਲਾ ਰਿਹਾ ਹਾਂ ਜਿਹਦੇ ਵਿੱਚ ਮੇਨ ਥਿੰਕਰ ਜਿਵੇਂ ਪਿਆਜੇ, ਵੈਗੋਸ, ਬਰੂਨਰ, ਗਾਰਡਨਰ, ਐਰਿਕਸਨ, ਕੋਲਬਰਗ, ਜਿਹੜੇ ਇੰਟੈਲੀਜੈਂਸ ਥਿਊਰੀਜ਼ ਨੇ, ਲਰਨਿੰਗ ਥਿਊਰੀਜ਼ ਨੇ, ਪਾਵਲੋਵ ਹੈ, ਸਕਿਨਰ ਹੈ, ਥੋਰਨਡਾਈਕ ਹੈ, ਹਲ ਹੈ, ਇਹਨਾਂ ਦੀ ਤੇ ਬੇਸਿਕਲੀ ਲਗਭਗ 20 ਕੁਐਸਚਨ ਦੀ ਸੀਰੀਜ਼ ਹੈ। ਜੇਕਰ ਤੁਹਾਨੂੰ ਥਿਊਰੀ ਨਹੀਂ ਸਮਝ ਆਉਂਦੀ ਤੇ ਉਹ ਕੁਐਸਚਨ ਇਸ ਤਰ੍ਹਾਂ ਫਰੇਮ ਕੀਤੇ ਗਏ ਹਨ ਕਿ ਥਿਊਰੀ ਦਾ ਮੇਨ ਪਾਰਟ ਤੁਹਾਨੂੰ ਸਮਝ ਆ ਜਾਣ। ਸੋ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੈਗੋਸਤਕੀ ਦੇ ਨਾਲ ਸੰਬੰਧਿਤ ਕੁਐਸਚਨ ਦੀ। ਸੋ ਲੌਜੀਕਲ ਟ੍ਰਿਕਸ ਨਾਲ ਇੰਟੀਗ੍ਰੇਟ ਕਰਕੇ ਅਸੀਂ ਇਹਨੂੰ ਸਮਝਾਂਗੇ। ਦਾ ਪਹਿਲਾ ਸੈੱਟ ਹੈ, ਪਹਿਲਾ ਲੌਜਿਕ ਹੀ ਤੁਹਾਨੂੰ ਮੈਂ ਇਹ ਦੱਸ ਦਵਾਂ ਕਿ ਵੈਗੋਸਤਕੀ ਦੇ ਨਾਲ ਸੰਬੰਧਿਤ ਜੇ ਤੁਹਾਨੂੰ ਕਦੇ ਵੀ ਕੋਈ ਕੁਐਸਚਨ ਆ ਜਾਂਦਾ ਹੈ ਤਾਂ ਉਸਦਾ ਉੱਤਰ ਲੱਭਣਾ ਆਸਾਨ ਹੋ ਸਕਦਾ ਹੈ ਜੇਕਰ ਤੁਸੀਂ ਇਹ ਨੁਕਤਾ ਜੋ ਮੈਂ ਦੱਸਣ ਲੱਗਾ ਹਾਂ ਉਹ ਅਪਲਾਈ ਕਰ ਦਿਓ। ਵੈਗੋਸਤਕੀ ਦੀ ਥਿਊਰੀ ਦਾ ਨਾਮ ਯਾਦ ਰੱਖਣਾ ਹੈ, ਨਾਮ ਕੀ ਹੈ, ਸੋਸ਼ੀਓ ਕਲਚਰਲ ਥਿਊਰੀ ਆਫ ਕੋਗਨੇਟਿਵ ਡਿਵੈਲਪਮੈਂਟ। ਕੋਗਨੇਟਿਵ ਡਿਵੈਲਪਮੈਂਟ ਮੀਨ ਕਿ ਥਿੰਕਿੰਗ, ਰੀਜ਼ਨਿੰਗ ਤੇ ਨੌਲੇਜ ਗ੍ਰੈਂਡ ਬੱਚਾ ਕਿਸ ਤਰ੍ਹਾਂ ਕਰਦਾ। ਹੁਣ ਮੇਨ ਆਸਪੈਕਟ ਜੋ ਹੈ ਉਹ ਹੈ ਸੋਸ਼ੋ ਤੇ ਕਲਚਰਲ। ਸੋਸ਼ੋ ਕਲਚਰਲ ਚੋਂ ਵੀ ਮੇਨ ਆਸਪੈਕਟ ਹੈ, ਨੰਬਰ 1 ਰੈਂਕ 1 ਤੇ ਆਉਂਦਾ ਹੈ ਸੋਸ਼ੋ। ਸੋਸ਼ੋ ਕਲਚਰਲ ਨੂੰ ਯਾਦ ਰੱਖਣਾ ਹੈ। ਜੇਕਰ ਸਟੈਮ ਦੇ ਵਿੱਚ ਕੁਐਸਚਨ ਜਿਹੜਾ ਪੁੱਛਿਆ ਗਿਆ ਹੈ, ਸਟੈਮ ਦੇ ਵਿੱਚ ਸੋਸ਼ਲ ਗਰੁੱਪ ਇੰਟਰੈਕਸ਼ਨ ਨਾਲ ਰਿਲੇਟਡ ਸ਼ਬਦ ਆਉਂਦੇ ਹਨ ਤਾਂ ਮੋਸਟ ਪ੍ਰੋਬੇਬਲੀ ਉਸਦਾ ਉੱਤਰ ਲੇਵ ਵੈਗੋਸਤਕੀ ਹੋ ਸਕਦਾ ਹੈ। ਹਾਂ, ਇਸ ਦੇ ਨਾਲ ਦੂਸਰਾ ਉੱਤਰ ਵੀ ਹੋ ਸਕਦਾ ਹੈ ਜੇਕਰ ਉਹ ਜੌਨ ਡੇਵੀ, ਕਿਉਂਕਿ ਸੋਸ਼ਲ ਇੰਟਰੈਕਸ਼ਨ ਤੇ ਡੈਮੋਕ੍ਰੈਟਿਕ ਇਨਵਾਇਰਮੈਂਟ ਤੇ ਡੈਮੋਕ੍ਰੇਸੀ ਤੇ ਜੌਨ ਡੇਵੀ ਸਾਹਿਬ ਨੇ ਬਹੁਤ ਜ਼ੋਰ ਦਿੱਤਾ ਸੀ। ਲੇਕਿਨ ਮੋਸਟ ਪ੍ਰੋਬੇਬਲੀ ਕੋਆਪਰੇਟਿਵ ਲਰਨਿੰਗ, ਗਰੁੱਪ ਲਰਨਿੰਗ ਦੇ ਨਾਲ ਸੰਬੰਧਿਤ ਉੱਤਰ ਲੇਵ ਵੈਗੋਸਤਕੀ ਹੀ ਹੋਏਗਾ, ਨੁਕਤਾ ਨੰਬਰ 1। ਦੂਸਰਾ, ਜੇਕਰ ਸਟੈਮ ਦੇ ਵਿੱਚ ਲੇਵ ਵੈਗੋਸਤਕੀ ਆਇਆ ਹੈ, ਉਹਨਾਂ ਤੇ ਕੁਐਸਚਨ ਪੁੱਛਿਆ ਗਿਆ ਹੈ ਤਾਂ ਸੋਸ਼ਲ ਸ਼ਬਦ ਨੂੰ ਯਾਦ ਰੱਖਣਾ ਹੈ, ਕਲਚਰਲ ਟੂਲਸ ਨੂੰ ਯਾਦ ਰੱਖਣਾ ਹੈ ਔਰ ਸਭ ਤੋਂ ਇੰਪੋਰਟੈਂਟ ਇਸ ਨੂੰ ਪਹਿਲਾ ਰੈਂਕ ਜਿਹਨੂੰ ਮੈਂ ਦਿੱਤਾ ਹੈ ਉਸਨੂੰ ਸਮਝ ਲੈਣਾ ਚਾਹੀਦਾ ਹੈ। ਸੋਸ਼ਲ ਦਾ ਮਤਲਬ ਹੀ ਹੈ ਕਿ ਇੱਕ ਤੇ ਦੋ, ਮਤਲਬ ਇੱਕ ਤੋਂ ਵੱਧ ਮਨੁੱਖ ਜਿਹੜੇ ਨੇ ਉਹ ਹਨ ਤੇ ਉਹ ਆਪਸ ਵਿੱਚ ਐਕਟ ਕਰਦੇ ਨੇ, ਰਿਐਕਟ ਕਰਦੇ ਨੇ ਤੇ ਇੰਟਰੈਕਟ ਕਰਦੇ ਨੇ, ਇੰਟਰਐਕਸ਼ਨ। ਔਰ ਇਸ ਤੋਂ ਇਲਾਵਾ ਹੈ ਰਿਲੇਸ਼ਨ ਔਰ ਸ਼ਬਦ ਹੈ ਗਰੁੱਪ ਇੰਟਰਐਕਸ਼ਨ, ਕੋਆਪਰੇਟਿਵ ਲਰਨਿੰਗ। ਇਹ ਸਾਰੇ ਸੰਬੰਧਿਤ ਸ਼ਬਦ ਨੇ। ਜੇਕਰ ਅਜਿਹਾ ਸ਼ਬਦ ਮਿਲੇ ਜਿਸਦੀ ਇੰਡੀਕੇਸ਼ਨ ਸੋਸ਼ਲ ਨਾਲ ਸੰਬੰਧਿਤ ਹੈ, ਇੰਟਰੈਕਸ਼ਨ ਨਾਲ ਸੰਬੰਧਿਤ ਹੈ, ਰਿਲੇਸ਼ਨਸ਼ਿਪ ਗਰੁੱਪ ਰਿਲੇਸ਼ਨ ਲਰਨਰਸ ਦੇ ਰਿਲੇਸ਼ਨਸ਼ਿਪ ਨਾਲ ਸੰਬੰਧਿਤ ਹੈ, ਗਰੁੱਪ ਹੈਲਪ ਨਾਲ ਸੰਬੰਧਿਤ ਹੈ ਤਾਂ ਉਸਦਾ ਉੱਤਰ ਲੇਵ ਵੈਗੋਸਤਕੀ ਹੀ ਹੋਏਗਾ। ਦੂਸਰਾ ਕਲਚਰਲ ਟੂਲ, ਕਿਉਂਕਿ ਵੈਗੋਸਤਕੀ ਦੀ ਥਿਊਰੀ ਦੀ ਬੇਸਿਕ ਕੰਟਰੀਬਿਊਸ਼ਨ ਹੀ ਇਹ ਰਹੀ ਸੀ ਕਿ ਸੋਸ਼ਲ ਤੇ ਕਲਚਰਲ ਟੂਲ ਜਾਂ ਸੋਸ਼ਲ ਇੰਟਰੈਕਸ਼ਨ ਤੇ ਕਲਚਰਲ ਟੂਲ ਕੋਗਨੇਟਿਵ ਡਿਵੈਲਪਮੈਂਟ ਦਾ ਮੇਨ ਬੇਸ ਬਣਦੇ ਨੇ, ਜਿਸ ਨੂੰ ਕਿ ਪਿਆਜੇ ਨੇ ਇਗਨੋਰ ਕੀਤਾ ਸੀ। ਇੱਕ ਕੋਗਨੇਟਿਵ ਸਟ੍ਰੈਟਜੀ ਜੇ ਯਾਦ ਨਹੀਂ ਰਹਿੰਦਾ ਤੇ ਯਾਦ ਰੱਖਣਾ ਹੈ, ਵੈਗੋਸਤਕੀ ਜਦੋਂ ਲਿਖਦੇ ਹਾਂ ਉਸਦਾ ਐਸ ਚੱਕੋ ਤੇ ਉਸ ਦੇ ਅੱਗੇ ਸੋਸ਼ੋ ਲਿਖ ਦਿਓ, ਐਸ ਨਾਲ ਐਸ ਮਿਲਾ ਦਿੱਤਾ, ਸੋਸ਼ੋ ਕਲਚਰਲ ਥਿਊਰੀ ਉਹਦੀ ਯਾਦ ਰਹੇਗੀ, ਇੱਕ ਵਾਰ ਕਾਪੀ ਤੇ ਲਿਖ ਲਓ। ਇਸ ਨੁਕਤੇ ਤੋਂ ਇਲਾਵਾ, ਇਸ ਨੁਕਤੇ ਤੇ ਹੀ ਮੋਸਟਲੀ ਤੁਹਾਡੇ ਸਾਰੇ ਕੁਐਸਚਨ ਆਉਂਦੇ ਰਹੇ ਹਨ, ਲੇਕਿਨ ਉਸ ਤੋਂ ਇਲਾਵਾ ਕਨਸੈਪਚੁਅਲ ਅੰਡਰਸਟੈਂਡਿੰਗ ਲਈ ਇਹ ਵੀਡੀਓ ਬਣਾਈ ਗਈ ਹੈ, ਉਹ ਕੁਐਸਚਨ ਦੇਖਦੇ ਹਾਂ। ਪਹਿਲਾ ਕੁਐਸਚਨ ਹੈ, ਲੇਵ ਵੈਗੋਸਤਕੀ ਦੁਆਰਾ ਦਿੱਤੇ ਗਏ ਬੋਧਾਤਮਕ ਵਿਕਾਸ ਸਿਧਾਂਤ ਵਿੱਚ ਕਿਹੜਾ ਸੰਕਲਪ ਸ਼ਾਮਿਲ ਹੈ? ਵਿਚ ਕਨਸੈਪਟ ਇਜ਼ ਇਨਕਲੂਡਿਡ ਇਨ ਕੋਗਨੇਟਿਵ ਡਿਵੈਲਪਮੈਂਟ ਥਿਊਰੀ ਗਿਵਨ ਬਾਏ ਲੇਵ ਵੈਗੋਸਤਕੀ? ਆਈਡੈਂਟੀਫਾਈ ਅਸੀਂ ਕਰਨਾ ਹੈ, ਆਈਕੋਨਿਕ ਮੋਡ ਆਫ ਰੀਪ੍ਰਜੈਂਟੇਸ਼ਨ, ਵਿਕਾਰੀਅਸ ਰੀਇਨਫੋਰਸਮੈਂਟ, ਇੰਟਰ ਸਬਜੈਕਟਿਵਿਟੀ, ਸਬਸਟੀਟਿਊਸ਼ਨ ਲਰਨਿੰਗ। ਹੁਣ ਜੇਕਰ ਪਿੱਛੇ ਜਿਹੜਾ ਨੁਕਤਾ ਦਿੱਤਾ ਹੈ ਬਾਏ ਚਾਂਸ ਦੇਖੋ ਹੋਇਆ ਕੀ ਹੈ, ਇੰਟਰ ਸ਼ਬਦ ਨੇ ਇਹ ਗਾਈਡ ਕਰ ਦਿੱਤਾ ਕਿ ਕੋਈ ਸੋਸ਼ਲ ਇੰਟਰੈਕਸ਼ਨ ਵਾਲੀ ਗੱਲ ਹੈ, ਨੈਚੁਰਲੀ ਹੈ, ਵੈਗੋਸਤਕੀ ਨੇ ਹੀ ਦਿੱਤਾ ਹੋਏਗਾ, ਰਾਈਟ ਆਂਸਰ ਵੈਸੇ ਇਹ ਹੈ। ਇਸ ਤੋਂ ਇਲਾਵਾ ਐਡੀਸ਼ਨਲ ਇਨਫੋਰਮੇਸ਼ਨ ਲੈਣੀ ਹੈ ਤਾਂ ਇਹ ਆਪਸ਼ਨ ਜਿਹੜਾ ਪਾਇਆ ਗਿਆ ਹੈ, ਆਈਕੋਨਿਕ ਮੋਡ ਆਫ ਰੀਪ੍ਰਜੈਂਟੇਸ਼ਨ, ਇਹ ਬਰੂਨਰ ਨੇ ਜੋ 3
ਮੋੜ ਦਿੱਤੇ ਸੀ ਮੋਡਸ ਆਫ ਰੀਪ੍ਰੈਜੈਂਟੇਸ਼ਨ ਕਿ ਅਸੀਂ ਬਾਹਰੀ ਸੰਸਾਰ ਨੂੰ ਸਮਝਦੇ ਕਿੱਦਾਂ ਹਾਂ ਤਿੰਨ ਮੋਡਸ ਨੇ ਇੱਕ ਸੀ ਐਨ ਐਕਟਿਵ ਜਿਸ ਨੂੰ ਕਿਨਸਥੈਟਿਕ ਲਰਨਿੰਗ ਸਟਾਈਲ ਜਾਂ ਐਕਸ਼ਨ ਨਾਲ ਸਿੱਖਣਾ ਦੂਸਰਾ ਐਕੋਨਿਕ ਜਿਸ ਨੂੰ ਇਮੇਜ ਨਾਲ ਔਰ ਤੀਸਰਾ ਸਿੰਬੋਲਿਕ ਸੋ ਇਹ ਆਪਸ਼ਨ ਬਰੂਨਰ ਜੀ ਦਾ ਹੈ ਇੱਥੇ ਗਲਤ ਹੋ ਗਿਆ ਵਿਕਾਰੀਅਸ ਰੀਇਨਫੋਰਸਮੈਂਟ ਔਰ ਰੀਇਨਫੋਰਸਮੈਂਟ ਅਸੀਂ ਜਾਣਦੇ ਹਾਂ ਕਿ ਬਿਹੇਵੀਅਰਿਜ਼ਮ ਦਾ ਪਾਰਟ ਹੈ ਹਾਂ ਇਹ ਸਕਿਨਰ ਦੇ ਨਾਲ ਸੰਬੰਧਿਤ ਨਹੀਂ ਹੈ ਇਹ ਅਲਬਰਟ ਬਾਂਡੂਰਾ ਸਾਹਿਬ ਦਾ ਕਨਸੈਪਟ ਹੈ ਔਰ ਸਬਸਟੀਟਿਊਸ਼ਨਲ ਲਰਨਿੰਗ ਪਾਵਲੋਵ ਸੋ ਰਾਈਟ ਆਨਸਰ ਅਸੀਂ ਲੱਭ ਲਿਆ ਹੈ ਵੀਡੀਓ ਲੰਬੀ ਇਸ ਲਈ ਹੋ ਜਾਂਦੀ ਹੈ ਹੁਣ ਇੱਕ ਕੁਐਸਚਨ ਕੀਤਾ ਹੈ ਪਿਛਲੇ ਨੁਕਤੇ ਦਾ ਪ੍ਰਯੋਗ ਕਰ ਲਿਆ ਹੈ ਦੂਸਰਾ ਕਿ ਬਾਕੀ ਤਿੰਨ ਕੁਐਸਚਨ ਹੋਰ ਤੁਹਾਡੇ ਸਾਹਮਣੇ ਆ ਗਏ ਹਨ ਉਹ ਤਿੰਨ ਦੀ ਬਜਾਏ ਮੋਡ ਆਫ ਰੀਪ੍ਰੈਜੈਂਟੇਸ਼ਨ ਦੱਸੇ ਗਏ ਹਨ ਸੋ ਵੀਡੀਓ ਲੰਬਾ ਹੈ ਤਾਂ ਇਨਫੋਰਮੇਸ਼ਨ ਵੀ ਜ਼ਿਆਦਾ ਹੈ ਮੈਨੂੰ ਮੇਰੀਆਂ ਕਮੀਆਂ ਜ਼ਰੂਰ ਦੱਸੀਆਂ ਜਾਣ ਫੀਡਬੈਕ ਜ਼ਰੂਰ ਦਿਓ ਨੈਕਸਟ ਕੁਐਸਚਨ ਹੈ ਐਟ ਵਿਚ ਏਜ ਲਰਨਰਸ ਪ੍ਰਾਈਮੇਟ ਸਪੀਚ ਇਜ਼ ਕਨਵਰਟਡ ਇਨਟੂ ਪਰਸਨਲ ਸਪੀਚ ਸੋਰੀ ਇੱਥੇ ਆਉਣਾ ਸੀ ਇਨਰ ਸਪੀਚ ਲੇ ਬਗੋਸਤਗੀ ਦੇ ਅਨੁਸਾਰ ਕਿਸ ਉਮਰ ਵਿੱਚ ਸਿੱਖਿਆਰਥੀਆਂ ਦੇ ਨਿੱਜੀ ਭਾਸ਼ਣ ਇਨਰ ਸਪੀਚ ਵਿੱਚ ਬਦਲ ਜਾਂਦਾ ਹੈ ਸਾਲ ਦੱਸਣਾ ਹੈ ਕਿਉਂਕਿ ਲੈਂਗੁਏਜ ਡਿਵੈਲਪਮੈਂਟ ਦੀ ਥਿਊਰੀ ਲੈਂਗੁਏਜ ਐਂਡ ਥੋਟ ਦੀ ਗੱਲ ਵੈਗੋਸਕੀ ਸਾਹਿਬ ਨੇ ਬਾਰ ਬਾਰ ਕੀਤੀ ਹੈ ਇੱਥੇ ਇਹ ਪਤਾ ਹੋਣਾ ਚਾਹੀਦਾ ਹੈ ਤਾਂ ਆਪਾਂ ਲੌਜਿਕ ਅਪਲਾਈ ਕਰਦੇ ਹਾਂ ਪ੍ਰਾਈਵੇਟ ਸਪੀਚ ਕਿਸ ਨੂੰ ਕਹਿੰਦੇ ਆ ਜਦੋਂ ਬੱਚਾ ਉੱਚੀ ਬੋਲ ਕੇ ਕੋਈ ਪ੍ਰੋਬਲਮ ਸੋਲਵ ਕਰ ਰਿਹਾ ਹੈ ਆਪਣੇ ਟੋਇਜ਼ ਨਾਲ ਖੇਡ ਰਿਹਾ ਹੈ ਅਤੇ ਨਾਲ ਨਾਲ ਜੋ ਸੋਚ ਰਿਹਾ ਹੈ ਦ ਇੰਪੋਰਟੈਂਟ ਆਸਪੈਕਟ ਇਜ਼ ਵਟ ਐਵਰ ਹੀ ਔਰ ਸ਼ੀ ਇਜ਼ ਥਿੰਕਿੰਗ ਹੀ ਇਜ਼ ਸਪੀਕਿੰਗ ਸੋ ਜਦੋਂ ਉਹ ਇੱਦਾਂ ਬੋਲਦਾ ਹੈ ਤਾਂ ਅਸੀਂ ਅਕਸਰ ਇਸ ਨੂੰ ਤੁਸੀਂ ਐਕਸਪੀਰੀਅੰਸ ਨਾਲ ਮੈਚ ਕਰਕੇ ਦੇਖੋ ਤਿੰਨ ਸਾਲ ਦਾ ਬੱਚਾ ਬੋਲਦਾ ਹੈ ਪ੍ਰਾਈਵੇਟ ਸਪੀਚ ਚੱਲ ਰਹੀ ਹੈ ਪੰਜ ਸਾਲ ਤੱਕ ਵੀ ਦਿਖਾਈ ਦਿੰਦੀ ਹੈ ਸਾਨੂੰ ਪ੍ਰਾਈਵੇਟ ਸੋ ਇਹ ਦੋ ਰੋਂਗ ਆਨਸਰ ਹੋ ਜਾਂਦੇ ਹਨ ਦੂਸਰੀ ਰੀਜ਼ਨਿੰਗ ਅਪਲਾਈ ਕਰਨੀ ਹੈ ਤੇ ਪਿਆਜੇ ਦੀ ਥਿਊਰੀ ਨੂੰ ਯਾਦ ਕਰੋ ਜ਼ੀਰੋ ਤੋਂ ਦੋ ਦੋ ਤੋਂ ਸੱਤ ਸੱਤ ਤੋਂ ਅੱਗੇ ਗਿਆਰਾਂ ਗਿਆਰਾਂ ਤੋਂ ਪਲੱਸ ਚਾਰ ਸਟੇਜਿਸ ਬਣਦੀਆਂ ਹਨਾ ਸੋ ਇਹ ਜਿਹੜੀ ਸੱਤ ਦੀ ਡਿਵੀਜ਼ਨ ਹੈ ਇਹ ਵੈਗੋਸਕੀ ਤੇ ਨਾਲ ਮੈਚ ਕਰਕੇ ਵੀ ਅਪਲਾਈ ਕੀਤੀ ਜਾ ਸਕਦੀ ਹੈ ਕਿਉਂਕਿ ਸੱਤ ਦੀ ਇੰਨੀ ਮੇਜਰ ਡਿਵੀਜ਼ਨ ਪਿਆਜੇ ਨੇ ਕੀਤੀ ਹੈ ਕਿ ਉਸ ਤੋਂ ਪਹਿਲਾਂ ਲੌਜੀਕਲ ਥਿੰਕਿੰਗ ਨਹੀਂ ਉਸ ਤੋਂ ਬਾਅਦ ਹੀ ਲੌਜੀਕਲ ਡਿਵੈਲਪਮੈਂਟ ਹੁੰਦੀ ਹੈ ਉਸ ਤੋਂ ਪਹਿਲਾਂ ਇਲ ਲੌਜੀਕਲ ਡਿਵੈਲਪਮੈਂਟ ਪ੍ਰੀ ਆਪਰੇਸ਼ਨਲ ਸਟੇਜ ਚੱਲਦੀ ਹੈ ਸੋ ਸੱਤ ਸਾਲ ਦੀ ਡਿਵੀਜ਼ਨ ਉਸ ਦੇ ਆਧਾਰ ਤੇ ਸੱਤ ਸਾਲ ਨੂੰ ਅਸੀਂ ਰਾਈਟ ਆਨਸਰ ਚੁਣ ਲਿਆ ਇਸੇ ਹੀ ਕਨਸੈਪਟ ਨੂੰ ਪ੍ਰਾਈਵੇਟ ਸਪੀਚ ਦੇ ਕਨਸੈਪਟ ਨੂੰ ਵੈਗੋਸਤਿਕੀ ਨੂੰ ਜੇ ਤੁਸੀਂ ਸਮਝਣਾ ਚਾਹੁੰਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ ਇਸ ਨੂੰ ਇਸ ਤਰ੍ਹਾਂ ਬੱਚੇ ਦਾ ਬਰਥ ਹੁੰਦਾ ਹੈ ਔਰ ਵੈਗੋਸਤਿਕੀ ਐਕਸਪਲੇਨ ਕਰਦੇ ਨੇ ਕਿ ਤਿੰਨ ਤੋਂ ਚਾਰ ਸਾਲ ਇਹ ਤਿੰਨ ਤੋਂ ਚਾਰ ਸਾਲ ਡੋਟ ਲਗਾਏ ਹੋਏ ਨੇ ਪੀਕ ਤੇ ਹੁੰਦੀ ਹੈ ਪ੍ਰਾਈਵੇਟ ਸਪੀਚ ਹੋਰ ਕੁਐਸਚਨ ਪੁੱਛਿਆ ਜਾ ਸਕਦਾ ਹੈ ਉਸ ਤੋਂ ਬਾਅਦ ਪ੍ਰਾਈਵੇਟ ਸਪੀਚ ਜਾਂ ਥਿੰਕ ਅਲਾਊਡ ਜਾਂ ਆਪਣੇ ਆਪ ਨਾਲ ਗੱਲਾਂ ਕਰਕੇ ਪ੍ਰੋਬਲਮ ਨੂੰ ਸੋਲਵ ਕਰਨਾ ਡਾਊਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ 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 ਸੱਤ ਸਾਲ ਤੋਂ ਬਾਅਦ ਇਹ ਜ਼ਿਆਦਾ ਡਾਊਨ ਆਉਂਦਾ ਹੈ ਕਿ ਸੱਤ ਸਾਲ ਤੋਂ ਬਾਅਦ ਉੱਥੇ ਆਪਸ਼ਨ ਵੀ ਸਾਡੇ ਕੋਲ ਨਹੀਂ ਸੀ ਇੱਥੇ ਮੈਂ ਡਬਲਯੂ ਲਿਖਿਆ ਹੈ ਇਸ ਲਈ ਕਿ ਇੱਥੇ ਵਿਸਪਰਿੰਗ ਸ਼ੁਰੂ ਹੋ ਜਾਂਦੀ ਹੈ ਜ਼ਿਆਦਾ ਉੱਚੀ ਬੱਚਾ ਬੋਲਦਾ ਹੈ ਉਸ ਤੋਂ ਬਾਅਦ ਇੱਥੇ ਹੁਣ ਘੱਟ ਬੋਲਦਾ ਹੈ ਘੱਟ ਬੋਲਦਾ ਹੈ ਉੱਚੀ ਘੱਟ ਇਹ ਆਵਾਜ਼ ਘੱਟ ਗਈ ਹੈ ਇਹ ਲਾਈਨ ਕਿਸ ਨੂੰ ਇੰਡੀਕੇਟ ਕਰ ਰਹੀ ਹੈ ਇੱਥੋਂ ਸ਼ੁਰੂ ਹੋਈ ਸੀ ਮੈਂ ਦੁਬਾਰਾ ਡਰਾ ਕਰ ਰਿਹਾ ਹਾਂ ਇਹ ਪਹਿਲਾਂ ਆਵਾਜ਼ ਏਜ ਵੱਧਦੀ ਗਈ ਆਵਾਜ਼ ਵੱਧ ਰਹੀ ਹੈ ਵੱਧ ਰਹੀ ਹੈ ਵੱਧ ਰਹੀ ਹੈ ਇੱਥੇ ਪੀਕ 'ਤੇ ਹੈ ਇਸ ਤੋਂ ਪਹਿਲਾਂ ਬਾਅਦ ਕੰਮ ਕਰਦੇ ਹੋਏ ਆਵਾਜ਼ ਘੱਟ ਰਹੀ ਹੈ ਘੱਟ ਰਹੀ ਘੱਟ ਰਹੀ ਇੱਥੇ ਆਵਾਜ਼ ਲਗਭਗ ਜ਼ੀਰੋ ਹੋ ਗਈ ਤੇ ਇਹ ਸਭ ਤੋਂ ਘੱਟ ਹੋਈ ਹੈ 7 ਤੇ 8 ਦੇ ਵਿਚਕਾਰ ਜਿੱਥੇ ਵਿਸਪਰਿੰਗ ਸੋਰੀ ਆਵਾਜ਼ ਆ ਰਹੀ ਹੈ ਉਸ ਤੋਂ 8 ਤੋਂ 9 ਦੇ ਵਿਚਕਾਰ ਇਸ ਨੂੰ ਸਾਇਲੈਂਟ ਲਿਪ ਮੂਵਮੈਂਟ ਰਹਿੰਦੀ ਹੈ ਉਸ ਤੋਂ ਬਾਅਦ ਉਹ ਵੀ ਖਤਮ ਹੋ ਜਾਂਦੀ ਹੈ ਜਦੋਂ ਉਹ ਖਤਮ ਹੋ ਜਾਂਦੀ ਹੈ ਉਸ ਨੂੰ ਨਾਲ ਹੀ ਸ਼ੁਰੂਆਤ ਇਹ ਤਬਦੀਲੀ ਕਿਸ ਦੀ ਸ਼ੁਰੂ ਹੋ ਗਈ ਇਹ ਕਨਵਰਜਨ ਕਿਹਦਾ ਆਇਆ ਜਿਹੜਾ ਕੁਐਸਚਨ ਸੀ ਇਨਰ ਸਪੀਚ ਦਾ ਜਾਂ ਇਸ ਨੂੰ ਇੰਟਰਨਲਾਈਜੇਸ਼ਨ ਵੀ ਕਿਹਾ ਜਾਂਦਾ ਹੈ ਇਹ ਪ੍ਰਾਈਵੇਟ ਸਪੀਚ ਦਾ ਮਤਲਬ ਕੀ ਸੀ ਕਿ ਬੱਚਾ ਜਦੋਂ ਕੰਮ ਕਰਦਾ ਹੈ ਉਹਦੇ ਦਿਮਾਗ ਵਿੱਚ ਜੋ ਵਿਚਾਰ ਚੱਲ ਰਹੇ ਨੇ ਥਿੰਕਿੰਗ ਚੱਲ ਰਹੀ ਹੈ ਉਹ ਟਾਸਕ ਨੂੰ ਕਰਨ ਲਈ ਉਹ ਥਿੰਕਿੰਗ ਨੂੰ ਵਰਬਲਾਈਜ਼ ਕਰਦਾ ਹੈ ਕਰਨਾ ਟਾਸਕ ਹੈ ਟਾਸਕ ਨਾਲ ਰਿਲੇਟਡ ਥਿੰਕਿੰਗ ਚੱਲ ਰਹੀ ਹੈ ਉਸੇ ਨੂੰ ਵਰਡਸ ਦੇ ਦਿੰਦਾ ਹੈ ਔਰ ਉਹ ਵਰਡਸ ਜਿਹੜੇ ਨੇ ਉਸਨੂੰ GUIDE ਗਾਈਡ ਕਰਦੇ ਨੇ ਜਿਹੜੇ ਵਰਡਸ ਹੈ ਬੋਲ ਕੇ ਬੋਲਣ ਵਾਲੀ ਥਿੰਕਿੰਗ ਜਿਸ ਨੂੰ ਪ੍ਰਾਈਵੇਟ ਸਪੀਚ ਕਹਿਤਾ ਉਹ ਟਾਸਕ ਜਾਂ ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਹੈਲਪ ਕਰਦੇ ਨੇ ਪਿਆਜੇ ਤੋਂ ਸੋਰੀ ਵੈਗੋਸਤਕੀ ਤੋਂ ਬਾਅਦ ਦੀ ਰਿਸਰਚ ਨੇ ਵੀ ਇਹ ਗੱਲ ਸਾਬਿਤ ਕੀਤੀ ਹੈ ਸੋ ਮੇਨ ਪਰਪਸ ਕੀ ਹੈ ਪ੍ਰਾਈਵੇਟ ਸਪੀਚ ਦਾ ਕਿ ਥਿੰਕਿੰਗ ਨੂੰ ਬਿਹੇਵੀਅਰ ਨੂੰ ਗਾਈਡ ਕਰਨਾ ਪ੍ਰੋਬਲਮ ਸੋਲਵਿੰਗ ਲਈ
ਹੁਣ ਬੋਲ ਕੇ ਕੀਤਾ ਜਾਂਦਾ ਹੈ ਇਸ ਏਜ ਤੋਂ ਬਾਅਦ ਗਾਈਡੈਂਸ ਉਹ ਚਲਦੀ ਰਹਿੰਦੀ ਹੈ ਥਿੰਕਿੰਗ ਗਾਈਡ ਕਰਦੀ ਹੈ ਲੇਕਿਨ ਸਾਊਂਡ ਜਿਹੜੀ ਪ੍ਰੋਡਿਊਸ ਕਰਦਾ ਹੈ ਬੱਚਾ ਉਹ ਇੱਥੇ ਜ਼ੀਰੋ ਹੋ ਜਾਂਦੀ ਹੈ ਸੋ ਇਨਰ ਸਪੀਚ ਤੇ ਪ੍ਰਾਈਵੇਟ ਸਪੀਚ ਵਿੱਚ ਫਰਕ ਕੀ ਹੋਇਆ ਕਿ ਪ੍ਰਾਈਵੇਟ ਸਪੀਚ ਵਿੱਚ ਆਵਾਜ਼ ਹੈ ਇਨਰ ਸਪੀਚ ਵਿੱਚ ਆਵਾਜ਼ ਨਹੀਂ ਹੈ ਦੋਨਾਂ ਦਾ ਕੰਮ ਸੇਮ ਹੈ ਕਿ ਟਾਸਕ ਨੂੰ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਣੇ ਬਿਹੇਵੀਅਰ ਨੂੰ ਲਰਨਰ ਆਪਣੇ ਬਿਹੇਵੀਅਰ ਨੂੰ ਆਪਣੀ ਥਿੰਕਿੰਗ ਨੂੰ ਗਾਈਡ ਕਰੇ ਕਿ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਨਾ ਨੈਕਸਟ ਕੁਐਸਚਨ ਹੈ ਬੋਧਾਤਮਕ ਵਿਕਾਸ ਦੇ ਲੇਵ ਵਿਗੋਸਤਕੀ ਦੇ ਸਿਧਾਂਤ ਬਾਰੇ ਕੀ ਸੱਚ ਹੈ ਵਟ ਇਜ਼ ਟਰੂ ਅਬਾਊਟ ਦ ਲੇਵ ਵਿਗੋਸਤਕੀ ਥਿਊਰੀ ਆਫ ਕੋਗਨੇਟਿਵ ਡਿਵੈਲਪਮੈਂਟ ਇਟ ਇਜ਼ ਅ ਸਟੇਜ ਥਿਊਰੀ ਪਿਆਜੇ ਦੀ ਸਟੇਜ ਥਿਊਰੀ ਹੈ ਲੇਕਿਨ ਵਾਇਗੋਸਕੀ ਦੀ ਸਟੇਜ ਥਿਊਰੀ ਨਹੀਂ ਹੈ ਹਾਂ ਕੋਗਨੇਟਿਵ ਸੋਰੀ ਲੈਂਗੁਏਜ ਡਿਵੈਲਪਮੈਂਟ ਨੂੰ ਸਟੇਜਿਸ ਵਰਤਦਾ ਡਿਵੀਜ਼ਨ ਕਰਦਾ ਹੈ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ 0 to 3 3 to 7 to 8 ਦੇ ਕਰੀਬ ਔਰ ਉਸ ਤੋਂ ਬਾਅਦ ਵਾਲੀ ਲੇਕਿਨ ਸਟੇਜ ਥਿਊਰੀ ਪਿਆਜੇ ਵਾਂਗ ਨਹੀਂ ਹੈ ਇਸ ਨੂੰ ਰਿਜੈਕਟ ਕੀਤਾ ਜਾਂਦਾ ਹੈ 2 ਅਸੀਂ ਲੱਭਣਾ ਹੈ ਪੋਜ਼ਿਟਿਵ ਟਰਮ ਹੈ ਇੱਥੇ ਮੈਂ ਪੋਜ਼ਿਟਿਵ ਇੰਡੀਕੇਟ ਕਰ ਰਿਹਾ ਨੇਟਿਵਿਸਟ ਥਿਊਰੀ ਜਿਹੜੇ ਉਹ ਕਹਿੰਦੇ ਨੇ ਕਿ ਹੈਰੀਡਿਟੀ ਹੀ ਡਿਟਰਮਾਈਨ ਕਰਦੀ ਹੈ ਚੌਮਸਕੀ ਉਸਦੀ ਬੈਸਟ ਐਗਜ਼ਾਮਪਲ ਹੈ ਨਵਾਂ ਕੁਐਸਚਨ ਬਣ ਗਿਆ ਚੌਮਸਕੀ ਨੇਟਿਵਿਸਟ ਸੀ ਹੈਰੀਡਿਟੇਰੀਅਨ ਸੀ ਸੋ ਇਹ ਵੀ ਨਹੀਂ ਹੈ ਨੇਟਿਵਿਸਟ ਨਹੀਂ ਹੈ ਹੁਣ ਦੇਖੋ ਸੋਸ਼ੀਓ ਮੋਰਲ ਮੋਰਲ ਥਿਊਰੀ ਸੋਸ਼ੋ ਨਾਲ ਅਟੈਕ ਇੱਕਦਮ ਕਰ ਸਕਦੇ ਸੀ ਯੈਸ ਇਹ ਹੋ ਸਕਦਾ ਠੀਕ ਮੈਂ ਜਿੱਦਾਂ ਨੁਕਤਾ ਦੱਸਿਆ ਪਰ ਅਗਲਾ ਸ਼ਬਦ ਮੋਰਲ ਆ ਗਿਆ ਥਿਊਰੀ ਇਸ ਲਈ ਇਸ ਤੇ ਕੁਐਸਚਨ ਮਾਰਕ ਪੈ ਗਿਆ ਹੁਣ ਕੀ ਹੈ ਸੋਸ਼ੋ ਕਲਚਰਲ ਸ਼ੁਰੂ ਚ ਨੁਕਤਾ ਦਿੱਤਾ ਇਹ ਪੱਕਾ ਹੈ ਸੋ ਰਾਈਟ ਆਨਸਰ ਦੇਖੋ ਜੋ ਪਹਿਲਾ ਨੁਕਤਾ ਦਿੱਤਾ ਹੈ ਬਾਏ ਚਾਂਸ ਕੁਐਸਚਨ ਬਣੇ ਮੈਂ ਇੰਟੈਂਸ਼ਨਲੀ ਨਹੀਂ ਬਣਾਏ ਸੋ ਉਹ ਨੁਕਤਾ ਪਹਿਲੇ ਵਾਲਾ ਨਾ ਛੱਡਿਓ ਨੈਕਸਟ ਕੁਐਸਚਨ ਹੈ ਅਕੋਰਡਿੰਗ ਟੂ ਲੇਵ ਵਿਗੋਸਕੀ ਥਿਊਰੀ ਮੇਕ ਬਿਲੀਵ ਪਲੇ ਕਰ ਕਰ ਖੇਡਣਾ ਹੁੰਦਾ ਹੈ ਨਾ ਇਜ਼ ਅਬਵ ਆਲ ਵਿਗੋਸਕੀ ਦੇ ਸਿਧਾਂਤ ਉਦਾਰ ਕਰ ਕਰ ਖੇਡਣਾ ਜਾਂ ਮੇਕ ਬਿਲੀਵ ਪਲੇ ਸਭ ਤੋਂ ਉੱਪਰ ਹੈ ਅਬਵ ਆਲ ਰੂਲ ਬੇਸਡ ਹੈ ਇੰਜੋਏਬਲ ਹੈ ਕ੍ਰੀਏਟਿਵ ਹੈ ਲੈਸ ਮੀਨਿੰਗਫੁਲ ਹੈ ਦੇਖੋ ਘਰ ਘਰ ਖੇਡਣਾ ਦੀ ਐਗਜ਼ਾਮਪਲ ਜੇ ਉਹ ਇੱਥੇ ਵੀ ਕੁਐਸਚਨ ਆਉਂਦਾ ਹੈ ਹੁਣ ਮੇਕ ਬਿਲੀਵ ਪਲੇ ਵਿੱਚ ਵੀ ਤੁਸੀਂ ਇਹ ਦੇਖੋ ਕਿ 2 or 2 to more ਬੱਚੇ ਆਪਸ 'ਚ ਇੰਟਰੈਕਸ਼ਨ ਕਰਦੇ ਨੇ ਫਿਰ ਸੋਸ਼ਲ ਆ ਗਿਆ ਇੱਥੇ ਗੱਲ ਕਰਨੀ ਹੈ ਆਪਾਂ ਰਾਈਟ ਆਨਸਰ ਕੀ ਹੈ ਇਹਦੇ ਵਿੱਚੋਂ ਜੇ ਡਿਲੀਟ ਕਰਨਾ ਹੈ ਲੈਸ ਮੀਨਿੰਗਫੁਲ ਨੈਚੁਰਲੀ ਜਿੱਥੇ ਸੋਸ਼ਲ ਇੰਟਰੈਕਸ਼ਨ ਹੈ ਉਹ ਲੈਸ ਮੀਨਿੰਗਫੁਲ ਨਹੀਂ ਹੋਏਗਾ ਇਸ ਲਈ ਮੈਂ ਇਸ ਨੂੰ ਡਿਲੀਟ ਕਰ ਦਿੱਤਾ ਕਿਉਂਕਿ ਥਿਊਰੀ ਕੋਗਨੇਟਿਵ ਡਿਵੈਲਪਮੈਂਟ ਦੀ ਹੈ ਇਕੱਲੇ ਇੰਜੋਏਬਿਲਿਟੀ ਦੀ ਗੱਲ ਨਹੀਂ ਹੋਏਗੀ ਦੈਟ ਇਜ਼ ਵਾਈ ਇਹਨੂੰ ਮੈਂ ਰਿਜੈਕਟ ਕਰ ਦਿੱਤਾ ਕ੍ਰੀਏਟਿਵ ਹੈ ਉਹ ਮੰਨਦਾ ਹੈ ਬਿਲਕੁਲ ਇਹ ਵੀ ਮੰਨਦਾ ਹੈ ਲੇਕਿਨ ਇਹ ਤੁਹਾਨੂੰ ਟੈਟ ਵਿੱਚ ਆਪਸ਼ਨ ਰੂਲ ਬੇਸਡ ਨਹੀਂ ਆਏਗੀ ਇੱਥੇ ਜਨਰਲੀ ਜਦੋਂ ਮੈਂ ਆਪਣੀ ਬੁੱਕ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਹੈ ਵਿਗੋਸਕੀ ਸਾਹਿਬ ਦੇ ਸ਼ਬਦ ਵੀ ਇਸੇ ਤਰ੍ਹਾਂ ਹੈ SOCIAL ਸੋਸ਼ਲ ਰੂਲ ਬੇਸਡ ਐਕਚੁਅਲੀ ਇਹ ਆਪਸ਼ਨ ਹੈ ਮੈਂ ਜਾਣ ਬੁੱਝ ਕੇ ਸੋਸ਼ਲ ਉਡਾ ਦਿੱਤਾ ਸੀ ਕਿਉਂਕਿ ਪਿੱਛੇ ਨੁਕਤਾ ਦਿੱਤਾ ਹੈ ਤੁਸੀਂ ਆਸਾਨੀ ਨਾਲ ਇਸ ਦਾ ਉੱਤਰ ਲੱਭ ਲੈਣਾ ਹੀ ਸੋਸ਼ਲ ਰੂਲ ਬੇਸਡ ਰਾਈਟ ਆਨਸਰ ਇਹੀ ਹੈ ਨਿਯਮਤ ਆਧਾਰਿਤ ਜਦੋਂ ਬੱਚੇ ਘਰ ਘਰ ਖੇਡਦੇ ਨੇ ਉਹ ਸੋਸਾਇਟੀ ਦੇ ਘਰ ਦੇ ਕੁਝ ਨਿਯਮ ਹੁੰਦੇ ਨੇ ਕਿ ਇਸ ਤਰ੍ਹਾਂ ਖਾਣਾ ਪਕਾਉਣਾ ਹੈ ਟੀਚਰ ਨੇ ਇਸ ਤਰ੍ਹਾਂ ਬੱਚੇ ਨੂੰ ਪੜ੍ਹਾਉਣਾ ਹੈ ਬਲੈਕ ਬੋਰਡ 'ਤੇ ਲਿਖਣਾ ਹੈ ਸਾਰੇ ਰੂਲ ਉਹ ਉੱਥੇ ਅਪਲਾਈ ਕਰਦੇ ਨੇ ਇਸ ਤਰ੍ਹਾਂ ਉਹ ਰੂਲ ਬੇਸਡ ਹੈ ਉਹ ਵੀ ਸੋਸਾਇਟੀ ਨੂੰ ਰਿਪ੍ਰੈਜ਼ੈਂਟ ਕਰਦੀ ਹੈ ਇੰਟਰੈਕਸ਼ਨ ਹੈ ਰਿਲੇਸ਼ਨਸ਼ਿਪ ਹੈ ਸੋਸਾਇਟੀ ਸਭ ਕੁਝ ਆ ਗਿਆ ਦੈਟ ਇਜ਼ ਵਾਈ ਉਹਨੇ ਇੰਪੋਰਟੈਂਸ ਵੀ ਦਿੱਤੀ ਹੈ ਅਤੇ ਰਾਈਟ ਆਨਸਰ ਵੀ ਹਾਂ ਪਿਆਜੇ ਨਾਲੋਂ ਵੱਧ ਇੰਪੋਰਟੈਂਸ ਮੇਕ ਬਿਲੀਵ ਪਲੇ ਨੂੰ ਵਿਗੋਸਕੀ ਨੇ ਦਿੱਤੀ ਹੈ ਇਹ ਅਲੱਗ ਕੁਐਸਚਨ ਫਿਰ ਤੋਂ ਪੁੱਛਿਆ ਜਾ ਸਕਦਾ ਵਿਗੋਸਕੀ ਲਿਸਟਡ ਡੈਸ਼ ਨੰਬਰ ਆਫ ਐਲੀਮੈਂਟਸ ਐਲੀਮੈਂਟਰੀ ਪ੍ਰਾਇਮਰੀ ਮੈਂਟਲ ਫੰਕਸ਼ਨਸ ਇਹ ਹੁਣ ਉਹਦੇ ਤੋਂ ਵੱਖਰਾ ਥੋੜਾ ਕੁਐਸਚਨ ਹੈ ਵਿਗੋਸਕੀ ਨੇ ਸੂਚੀ ਬਣਾਈ ਹੈ ਕਿੰਨੇ ਨੰਬਰ ਦਿੱਤੇ ਹਨ ਮੁੱਢਲੇ ਮਾਨਸਿਕ ਕਾਰਜਾਂ ਨੂੰ ਜਿਸ ਨੂੰ EMFV ਕਿਹਾ ਜਾਂਦਾ ਹੈ ਪਿਛਲੀ ਵੀਡੀਓ ਵਿੱਚ ਮੈਂ ਇੱਕ ਨੁਕਤਾ ਦੱਸਿਆ ਸੀ ਉਹ ਇੱਥੇ ਅਪਲਾਈ ਕਰਾਂਗੇ ਕਿ ਐਕਸਟ੍ਰੀਮ ਵੈਲਿਊ ਜਿਹੜੀ ਹੈ ਉਹ ਰੋਂਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇੱਥੇ ਐਕਸਟ੍ਰੀਮ ਵੈਲਿਊ ਕਿਹੜੀ ਹੈ 4 ਹੈ ਅਤੇ 12 ਹੈ ਜੇ ਹੁਣ ਮੈਂਟਲ ਐਲੀਮੈਂਟ ਕਿਹੜੇ ਨੇ ਹਾਂ ਮੈਂਟਲ ਐਲੀਮੈਂਟ ਨੇ ਠੀਕ ਜੇ ਤੁਹਾਨੂੰ ਨਹੀਂ ਪਤਾ ਨੈਚੁਰਲੀ ਹੈ ਕਿ ਜ਼ਿਆਦਾ ਮਾਤਰਾ 'ਚ ਹੋ ਵੀ ਨਹੀਂ ਸਕਦੇ ਹੁਣ ਪ੍ਰੋਬੇਬਿਲਿਟੀ ਕੀ ਹੈ ਕਿ ਸਭ ਤੋਂ ਕਲੋਜ਼ ਕਿਹੜੇ ਨੇ ਸਭ ਤੋਂ ਕਲੋਜ਼ ਪਰ 4 to 5 ਆ ਰਹੇ ਨੇ 8 ਵੀ ਇਸ ਤੋਂ ਦੂਰ ਜਾ ਰਿਹਾ ਹੈ ਸੋ 8 to 12 ਨੂੰ ਇਸ ਬੇਸ 'ਤੇ ਮੈਂ ਰਿਜੈਕਟ ਕਰ ਰਿਹਾ ਹਾਂ ਔਰ 4 to 5 ਚੋਂ ਆਨਸਰ ਹੈ ਇੱਕ ਲੱਭ ਲਵਾਂਗਾ ਇੱਥੇ ਤੁਹਾਨੂੰ ਦੱਸ ਦੇਣਾ ਹੈ ਕਿ 4 ਇਜ਼ ਰਾਈਟ ਆਨਸਰ 4 ਪ੍ਰਾਈਮਰੀ ਜਾਂ ਐਲੀਮੈਂਟਰੀ ਮੈਂਟਲ ਐਬਿਲਿਟੀਜ਼ ਦੀ ਗੱਲ ਵਿਗੋਸਕੀ ਨੇ ਕੀਤੀ ਸੀ ਅੱਛਾ ਅਕੋਰਡਿੰਗ ਟੂ ਵਿਗੋਸਕੀ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਐਲੀਮੈਂਟਰੀ ਮੈਂਟਲ ਫੰਕਸ਼ਨ ਹੁਣ 4 ਸੀ ਮੈਂ ਉੱਥੇ ਦਾ ਇੱਕ ਕੁਐਸਚਨ ਇਹ ਨੈਕਸਟ ਆ ਗਿਆ ਹੈ ਕਿ ਕਿਹੜੀ 4 ਨਹੀਂ ਹੈ ਨੋਟ ਹੈ ਯਾਦ ਰੱਖਣਾ ਹੈ ਨੋਟ ਹੈ ਨੈਗੇਟਿਵ ਅਤੇ
अटेंशन है, यस, इहदा कोई इत्थे नुक्ता अप्लाई नहीं हो रहा, ठीक है, तुहानू ज्ञान देने लई ही दस रहा हाँ। अटेंशन है, सेंसेशन है, परसैप्शन है, क्रिएटिविटी उन्होंने प्राइमरी मेंटल एबिलिटी विच शामिल नहीं की। फोर्थ ऑप्शन है मैमोरी, EMF। नेक्स्ट क्वेश्चन है, अकॉर्डिंग टू लेव वाइगोत्स्की थ्योरी विच कैन बी कंसिडर्ड एज हायर मेंटल फंक्शन। हुण ए भी है तो सानू पता लग गया, एक एलीमेंटरी मेंटल फंक्शन दिते है, एक हायर मेंटल फंक्शन दिते है। जो पिछे गल कर रहे हैं चार वो नहीं होंगे, जे सानू ओदी नॉलेज है उसनू असी अगलियां ते अप्लाई कर सकते हाँ। पिछली ते असी मैं दस के आया हाँ, मैमरी इज एलीमेंटरी मेंटल फंक्शन, दैट इज़ वाई मैमरी नू मैं इतों डिलीट कर दिता। दूसरा कि वाइगोत्स्की दे ए मेंटल फंक्शन है, मैचिंग करके देखना है के केड़ी उदे नाल मैच कर रही है। मेंटल फंक्शन पूछे है, इत्थे सोशल पार्टिसिपेशन है, सो ए भी डिलीट हो जाती है। हुण माइंड मैप पूछा है मोर नॉलेजिएबल अदर, जे मैं जानता हाँ मोर नॉलेजिएबल अदर वो परसन है कि जेड़ा टास्क बच्चा कर रहा है, फॉर एग्जाम्पल बच्चा मैथ का कम कर रहा है तो उसने छोटे भरा मैथ कैलकुलेशन ज़्यादा आती है, तो उत्थे छोटा भरा भी मोर नॉलेजिएबल अदर हो सकता है। मोर नॉलेजिएबल अदर जिसनू उस टास्क की ज़्यादा ज्ञान है, एक्सपीरियंस है। सो वो परसन की गल है, ना कि मेंटल फंक्शन की, ये भी डिलीट हो गया। सो माइंड मैप इस ए बेस्ट टेक्नीक भी है किसी भी मैटर नू, लर्निंग मटीरियल नू ऑर्गेनाइज करन दी। किसी वीडियो विच इस दे बारे डिटेल नाल गल करांगे। इत्थे चलदे हाँ, नैक्सट क्वेश्चन है साडे कोल, अकॉर्डिंग टू लेव वाइगोत्स्की थ्योरी प्रॉब्लम सॉल्विंग, थोड़ा जहा अंडरलाइन करांगा क्योंकि केदे बारे है जी, प्रॉब्लम सॉल्विंग स्ट्रैटेजीज कैन बी कैटेगराइज्ड एज, वाइगोत्स्की दे सिद्धांत अनुसार समस्या का हल करन दियां रणनीतियां नू किस श्रेणी किस तरह श्रेणीबद्ध किया जा सकता है। टूल्स ऑफ इंटलैक्चुअल अडैप्टेशन, बौद्धिक अनुकूलन का साधन, नेड़ला विकास का जोन, ZPD या जिसकी फुल फॉर्म है जोन ऑफ प्रोक्सीमल डिवेलपमेंट, मोस्ट कॉमन कुछ पूछा जाता है, ये बोथ नन है ना। एक वीडियो आएगी जिस विच नन नू मैक्सिमम अवॉइड करना हुंदा, इस ते भी असी अवॉइड करते हाँ। हुण इन तिन्नां विचों राइट आंसर हो सकता है। सो प्रॉब्लम सॉल्विंग असी ये जानते हाँ कि जे नहीं जानते तो जान लें, गागने की GAGNE गागने की लर्निंग हैरारकी जी है, 8 हैरारकी डिवीजन कीतियां है। टॉप ते उसने प्रॉब्लम सॉल्विंग नू रखिया है लर्निंग ते कोगनीशन विच। सो कोगनीशन नाल संबंध है तो कोगनीशन का संबंध इत्थे इंटलैक्चुअल नाल बन रहा है। सो प्रॉब्लम सॉल्विंग स्ट्रैटेजीज नू इंटलैक्चुअल, वैसे कल्चरल टूल नाल भी उसने एक्सप्लेन किया है। राइट आंसर इस तरह असं पहुँच गए हाँ, टूल्स ऑफ इंटलैक्चुअल अडैप्टेशन, बौद्धिक अनुकूलन का सिद्धांत, बौद्धिकता का संबंध असी समस्या हल नाल देख के इत्थे राइट आंसर ते। क्वेश्चन है द टर्म जोन ऑफ प्रोक्सीमल डिवेलपमेंट, द मीनिंग ऑफ प्रोक्सीमल इल है ना, प्रोक्सीमल विकास के टर्म जोन विच प्रोक्सीमल का सेंटर जिहड़ा है शब्दों का प्रोक्सीमल उसका की मतलब है, पूछा जा सकता है क्वेश्चन। अच्छा, प्रॉब्लम सॉल्विंग एबिलिटी हाँ, प्रॉब्लम पोजिंग एबिलिटी, प्रॉब्लम टीचर पोज करे दसे है ना, पोटेंशियल अचीव्ड लर्निंग, तो डिफिकल्ट क्वेश्चन है हाँ। जे असी अप्लाई करिए कि जोन ऑफ प्रोक्सीमल डिवेलपमेंट विच इस तरह तीन सर्कल बनाए जाते हैं, तीसरा सर्कल बाहर वाला वो है कि बच्चा काम ही नहीं कर सकता, ईवन हेल्प भी प्रोवाइड की जाए, इतने मैं क्रॉस करता कि बच्चा कोई खास टास्क मोल, फॉर एग्जाम्पल बच्चा एक साल का है तो उसको हैंड राइटिंग सिखा रहे हो, नहीं सीख सकता, ये पहली जोन हो गई। तो मिडल वाला जोन है कि वह बिना हेल्प तो कर सकता है, टिक लग गया, इतने पक्का क्रॉस लग गया जोन ऑफ प्रोक्सीमल डिवेलपमेंट। हुण ये विच वाला जिहड़ा एरिया है ये विच हेल्प नाल सीख सकता है, ये विच हेल्प लिख लो, कल्ली हेल्प ये विच लिख लो, तुहानू ZPD समझ आ जाएगा। हेल्प लिख लिया मतलब कि ये सीखण दी योग्यता दे नाल संबंध है, संभावना दे नाल संबंध है। सो ये विचों केड़ा इस नाल मिल रहा है, समस्या हल करन दी योग्यता हाँ मैच कर रहा है, वैसे समस्या हल करन दी समस्या पेश करन दी योग्यता ये नहीं हो सकता, हल करन दी योग्यता हो सकता है कि राइटिंग है समस्या हल करनी है, ओके संभाव्यता जां पोटेंशियल ये भी करीब हो सकता है, सिक्ख्या नू प्राप्त कीता, सीखण नू प्राप्त कीता, अचीव्ड ये अचीव्ड तां सेंटर विच आनी सी ना,
जिहड़ी अचीव कर ली है, लिखना सीख लिया, अज मैनूं किसी की जरूरत नहीं है कि मैं इत्थे लिखण लई मैं किसी की सहायता मंगा, मैं सेंटर विच लिखना स्किल मेरी सेंटर विच पहुँच चुका है, सो ये भी नहीं होएगा। सो राइट आंसर ये चो है एक्चुअल इहदा मीनिंग है पोटेंशियल। जोन ऑफ प्रोक्सीमल डिवेलपमेंट इंडिकेट दैट नज़दीकी विकास के खेत्र विच दर्शाउंदा है। अच्छा ट्रांसलेशन थोड़ी गलत हो जाती है। सिख्यार्थी बिना मदद दे काम कर सकता है। जोन सेंटर वाला हुणे करके आया। सिख्यार्थी मदद तो बिना ये रहा कि विदाउट हेल्प, ये विदाउट वाला है सेंटर वाला जोन। कैन डू विदाउट हेल्प, सिख्यार्थी बिना मदद दे काम विदाउट हेल्प। और लर्नर कैन डू टास्क विद हेल्प, ओके लर्नर कैनॉट डू टास्क। सो हुणे जो करके आए हैं उहदे मुताबक विद हेल्प वाला थर्ड इज राइट आंसर जी। इसनूं बहुत क्लीयर करना है, तो रिपीट कर दिना हाँ। सर्कल नंबर वन बन गया, ठीक। सर्कल नंबर वन विच टिक लगा लेना है कि यस इंडिपेंडेंटली कर सकता हाँ, जा आई लिख लो इंडिपेंडेंटली मैं अपना काम आप कर सकता, किसी हेल्प की जरूरत नहीं है। दूसरी जोन विच ए सेंटर वाली है, इहदे विच सिर्फ हेल्प लिख लो, ठीक है कर सकता हाँ पर हेल्प की जरूरत है। इहदे विच कांटा ही लगा लो कि हेल्प दे नाल भी नहीं कर सकते। सो ए जिहड़ी चीज है हेल्प दे नाल कर सकते हाँ। इस चीज़ जी हेल्प देन की प्रक्रिया नू, बच्चा हजू जो हेल्प दिती जाती है साइकिल सिखाना है पूरा फड़ लिया तुसी 100% हेल्प दिती है, सॉरी इधरों हेल्प आएगी इधरों हेल्प, सॉरी इदा करते हाँ इधर नहीं कम कर सका इतने हूँ कर संभावना है 100% हेल्प दिती हौली हौली हेल्प घटती गई। इस प्रोसैस में स्कैफोल्डिंग कहा जाता है, हेल्प देन की सपोर्ट देन की प्रक्रिया नू, और सपोर्ट नू हौली हौली घटाना जिदा जिदा बच्चा लर्न कर रहा है। दिस इज स्कैफोल्डिंग, दिस इज जेड पी डी एरिया जिथे हेल्प दे नाल बच्चा सीख सकता है। यही क्वेश्चन सी साडा, ए साडा तीजा राइट आंसर सी। अकॉर्डिंग टू वेगोस्की थ्योरी विच ऑफ द फॉलोइंग मेजर पार्ट ऑफ जोन ऑफ प्रोक्सीमल डिवेलपमेंट। डिफिकल्ट होएगा, तुसी बेसिक पेपर नहीं पढ़े वेगोस्की साहब दे, उहदे विचों वेगोस्की सिद्धांत अनुसार निम्नलिखित विचों केड़ा जेड पी डी दा प्रमुख हिस्सा है। प्राइवेट स्पीच, कल्चरल टूल, स्कैफोल्डिंग, आइकॉनिक मोड ऑफ रिप्रेजेंटेशन। आइकॉनिक मोड ऑफ रिप्रेजेंटेशन दोबारा दस दवा के ब्रूनर द्वारा दिता गया है। और हाँ ये तिने इन्हां दे पार्ट हैं, हुण पिछे हुणे गल करके आए हाँ कि जेड पी डी तां स्कैफोल्डिंग तो बिना हो ही नहीं सकती, क्योंकि जेड पी डी का मतलब है सिर्फ एक शब्द याद रखो हेल्प, दूसरा इहदे नाल शब्द है सपोर्ट, है ना उहदा सिनोनिमस है, जां इहदे नाल होर मिलदा जुलदा शब्द भी वरत्या जा सकता है। हेल्प सपोर्ट नाल सीखना, तो स्कैफोल्डिंग भी की है सपोर्ट जां हेल्प देना, सेम गल उहदा पार्ट होएगा ही होएगा। सो ये राइट आंसर है। नैक्सट है वैगोस्की के सिद्धांत अनुसार एक सिख्यार्थी नूं प्रमाणिकता नाल सीखण विच रुझाया जा सकता है, उसनों की प्रदान किया जाना चाहिए है। अकॉर्डिंग टू वैगोस्की ए लर्नर कैन बी एंगेज इन लर्निंग ऑथेंटिकली, ये टर्म याद रखनी है, ऑथेंटिक लर्निंग कंस्ट्रक्टिविज्म या सोशल कंस्ट्रक्टिविज्म की टर्म है कि रियल सिचुएशन विच बच्चा रियली एंगेज हो जाए, साड़ी क्लासरूम वांग ये नहीं यार ओ मैडम ने कदों जाना, सर ने कदों जाना, टाइम कदों होना, खत्म कदों होना, बैल वजन की इंतजार कर रहे हैं, ऑथेंटिकली रियली एंगेज हो गया बच्चा, उसनों की प्रोवाइड किया जाना चाहिए अकॉर्डिंग टू वैगोस्की थ्योरी। हाई चैलेंजिंग टास्क या हाई सपोर्ट, हाई चैलेंजिंग टास्क या लो सपोर्ट, लो चैलेंजिंग टास्क या हाई सपोर्ट, लो चैलेंजिंग टास्क या हाई सपोर्ट। देखो घबराना नहीं है, वैगोस्की आया, वैगोस्की ने सोशल इंटरैक्शन सोशल हेल्प की बार बार की है गल, पिछे भी गल करके आए हाँ, सो हाई सपोर्ट पक्की गल होएगी, ठीक। चैलेंजिंग टास्क की हुंदा है, वो टास्क जिहड़ा ईगो इनवॉल्व कर लवे, ईगो इनवॉल्व यार मैं इहनू कर सकदा हाँ, औखा सॉरी दूजा इहदा मीनिंग की होएगा कि थोड़ा जिहा डिफिकल्ट टास्क, ज़्यादा डिफिकल्ट नहीं, ज़्यादा डिफिकल्ट हो गया ता बच्चा ना ही कर देगा, ज्यादा डिफिकल्ट दे नाल ज्यादा सपोर्ट है फिर चलेगा, जे ज्यादा डिफिकल्ट दे नाल सपोर्ट नहीं है फिर नहीं चलेगा, ठीक। सो औखा भी कम दिता जावे सपोर्ट भी दिता जावे बच्चा सब तो वधिया लर्न करेगा। सो राइट आंसर इज ए फर्स्ट। नेक्स्ट क्वेश्चन है अकॉर्डिंग टू लेव वैगोस्की थ्योरी नॉन रैशनल थॉट पीरियड इज बिटवीन। वैगोस्की के सिद्धांत अनुसार गैर तार्किक विचार का काल या समा कि होंगे है, अंडरलाइन करा इस समझना, नॉन रैशनल थॉट
नॉन रैशनल थॉट नहीं है, इतने गलती है, नॉन रैशनल लैंग्वेज है, गैर तार्किक भाषा, ठीक, ये कदों वरती जाती है। हुण जे अंदाजा लगाना होवे जिहड़ा तर्क है वो गैर तर्क नॉन रैशनल बंदा मतलब छोटी एज वाला होएगा, इहदा मतलब जिस विच एज ज़्यादा है वो ऑप्शन गलत होणगे। देखो मैं मैनू जे ज्ञान नहीं है, मैं स्ट्रैटेजी ट्रिक अप्लाई कर रहा हाँ। नॉन रैशनल बच्चा है, छोटा बच्चा है, प्याजे की थ्यूरी भी है, 7 साल का उहदे विच लॉजिक आता है, एनी थ्यूरी है ना, इत्थे प्री ऑपरेशनल है, थोड़ा बहुत लॉजिक है लेकिन बहुत गलतियां करता है, ठीक, ये है 3 साल तक, इत्थे आ गया 0, नहीं प्याजे ने 2 साल तक रखा है लेकिन वैगोस्की ने 3 साल तक, पिछे डिस्कस करके आया। सो डिवीजन की बन रही है मेन 7 साल ओ या 3 साल ते 0। हुण इन्हां दे विच इत्थे साडे को 5 ऑप्शन है, मतलब कि उत्थे थोड़ी बहुती रीजनिंग जड़ी है तर्क वाली एबिलिटी ज़्यादा हो सकती है, इसलिए असी 5 वाले नू रिजेक्ट कर रहे हैं, ठीक। पर नॉन रैशनल है, इट मीनस बच्चा जो तो जन्म लेंदा है, असी प्याजे की थ्यूरी पढ़ी है, सेंसरी मोटर स्टेज एक्शन नहीं सीखता है, रीजनिंग कुछ नहीं होंगी, है ना। सो ये बर्थ तो 0 नो असी प्रेफर कर रहे हाँ, इतने 1 तो 3 है। सो राइट आंसर से पहुंचने लिए मैं 1 तो 3 नो राइट आंसर ए भी यही है। अकॉर्डिंग टू लेव वगोस्की थ्यूरी इनर स्पीच स्टार्ट्स आफ्टर, क्रिटिकल क्वेश्चन है लेकिन हाँ पिछे जो ये डायग्राम बना के समझ के आए हाँ, ये 3-4 साल इत सब तो टॉप ते 3-4 साल च टॉप ते इनर प्राइवेट स्पीच है, साउंड है, ये हाइट साउंड जो तो इतने आके टच कर गई, इतने टच कर गई, इतने 7 साल से इतने 8 साल हो गए, इतने 9 हो गए। इनर स्पीच आफ्टर क्रिटिकल क्वेश्चन है, 4 साल बिल्कुल नहीं होएगी, इतने नहीं आ रहा क्योंकि 4 साल टॉप ते होंगी है, 10 तो पहला हो जाती है, ये भी सानू पता है, हुण 7 ते 8 है क्योंकि प्याजे ने भी 7 साल मेजर क्राइटीरिया रखा है, उस तरह इतने वैगोस्की का भी 7 ईयर असी प्रैफर करांगे कि 7 साल तो बाद इनर स्पीच नॉर्मली शुरू हो। अकॉर्डिंग टू वैगोस्की थ्यूरी पीरियड ऑफ वर्बल थिंकिंग इज बिटवीन, वर्बल थिंकिंग इज बिटवीन, पिछे नॉन रैशनल की गल करके आए हैं, इट मीनस हुण उन्होंने वैगोस्की सिद्धांत के अनुसार जबानी सोच का पीरियड केड़ा है, हुण सोच वाला है, हुण नॉन तार्किक नहीं है, हुण की है थ्यूरी ऑफ थिंकिंग, जो बच्चा इट मीनस लॉजिकली रीजनिंग वाला सोचन लग पैंदा होएगा, केड़ी वर्बल, असल विच वैगोस्की ने एक्सप्लेन किया कि बच्चा जो सोचता है, इत्थे मैं थिंकिंग लिख देवा, सोचता जो इनर है उसनू आउटर करता है वर्ड्स दे नाल, वर्ड्स या भाषा उसनू असीं कह दिंदे हाँ, ये साउंड है सुनाई देंदे हन कन्नां दे नाल, थिंकिंग सानू दिखाई नहीं दिंदी, इसे नाल थिंकिंग वर्ड दे नाल एक्सटरनलाइज करता, लेकिन एक एज है जिस तो पहला बच्चा सोचता कुछ होर है, बोलता कुछ होर है, इसनू उसने अनरैशनल लैंग्वेज कह दिता जां नॉन वर्बल थिंकिंग कह दिता, पर एक एज है जिस तो बाद वो जो सोचता है ओही बोलता है, वो एज केड़ी है। हुण रिजेक्ट करांगे, सब तो पहला एलीमिनेशन मैथड है, इहदे विच छोटी एज की गल की गई है जिहड़ी कि ज़्यादा इररैशनल हो सकती है, इत्थे थिंकिंग दी है, रोंग थिंकिंग दी हो सकती है, इसलिए इसनू डिलीट किया जाए। हुण क्योंकि थिंकिंग ज़्यादा है सानू वड्डी एज ज़्यादा सिलैक्ट करनी चाहिए है, इत्थे साडे को 7-7 अवेलेबल है, राइट ऑप्शन इहदे विच होएगा। सो 3 तो 5 नू भी असीं रिजेक्ट करते हाँ क्योंकि छोटी एज है। जे पिछे वाले क्वेश्चनों का अप्लाई करना है तो वो यही है कि डिवीजन जो उन्होंने बनाई है वो 3 साल तो 7 साल की बनाई है, ये डायग्राम असी बना के हुणी आए हाँ, 3 तो 4 तक टॉप ते सी, 7 इत्थे सी, 3 तो शुरू होके 7 तक जिहड़ी है नॉर्मली ये वाला वर्बल थिंकिंग का पीरियड, रैशनल लैंग्वेज का पीरियड वैगोस्की ने मन्या है। सो राइट आंसर इज 3 to 7 ईयर। अकॉर्डिंग टू डेफिनेशन गिवन बाय वैगोस्की, लर्नर guides thinking and behavior of self to solve the problem, जे इन्ना याद होवे ते कंसेप्ट केड़े दी गल कर रहे हा, ये प्राइवेट स्पीच दी गल कर रहे हा, लर्नर
गाइड्स थिंकिंग एंड बिहेवियर। मैनू नहीं समझ आया सी, मैं दोबारा अंडरलाइन किया, तुसी भी इसे तरह तुहाडे कोल पेपर पेन होना तुसी उत्थे अंडरलाइन कर सकते हो। वगासवे दा दित्तियां परिभाषावां दे अनुसार सिख्यार्थी डैश भाषण विच इक समस्या नू हल करन लई अपने आप दी सोच अते व्यवहार दी अगवाई करदा है। डिफिकल्ट है, पंजाबी विच समझना औखा होएगा, इसलिए इंग्लिश विच समझ लैणा चाहना चाहीदा है क्योंकि ट्रांसलेशन विच गड़बड़ हो जांदी, पेपर विच भी हो जांदी। इत्थे नहीं गल कर रहा, पेपर दी ही गल कर रहा। सो ਸਾਨੂੰ ਪਤਾ ਹੈ, ਅਸੀਂ ਪਿੱਛੇ ਲਰਨ ਵੀ ਕਰਕੇ ਆਏ ਹਾਂ ਕਿ ਪ੍ਰਾਈਵੇਟ ਸਪੀਚ ਕੀ ਹੈ, ਕਿ ਜੋ ਬੱਚਾ ਸੋਚਦਾ ਹੈ ਉਹ ਬੋਲਣ ਲੱਗ ਪੈਂਦਾ ਹੈ ਤਾਂ ਜੋ ਕੰਮ ਕਰਨਾ ਹੈ ਉਹ ਈਜ਼ੀ ਹੋ ਜਾਏ। ਇੰਨੀ ਗੱਲ ਹੈ, ਥਿੰਕ ਅਲਾਊਡ ਟੂ ਸੋਲਵ ਦਾ ਪ੍ਰੋਬਲਮ। ਇਸ ਲਈ ਪ੍ਰਾਈਵੇਟ ਸਪੀਚ ਤਾਂ ਗਾਈਡ ਕਰਦੀ ਹੈ। ਇਹਦੇ ਵਿੱਚ ਕੀ ਹੈ, ਮੇਨ ਸ਼ਬਦ ਗਾਈਡ ਥਿੰਕਿੰਗ है ना, प्राइवेट स्पीच करती है। हुण जिहड़ी दूसरी की हो सकती है, प्राइवेट जां सोशल, प्राइवेट जां इनर, इनर जां सोशल। ते जे याद होवे पिछे जो गल करके आए हैं उहदे विच इह है कि असीं अपनी थिंकिंग नूं गाइड करन लई लगाई रखते हाँ जो प्रॉब्लम सॉल्व करते हाँ, बस एक साउंड बंद हो गई। प्राइवेट स्पीच विच साउंड उच्ची है, बोली जा रही है, लेकिन इनर स्पीच विच साउंड क्रॉस कर दिती, साइलेंट हो गई। कम गाइडिंग दा इहदे विच भी हुंदा है, गाइड इत्थे भी कीता जांदा है अपने बिहेवियर नूं प्रॉब्लम सॉल्व करन लई, और इनर स्पीच विच भी कीता जांदा है। दैट इज़ वाई प्राइवेट ते इनर स्पीच नूं असीं राइट आंसर दे तौर ते, निजी ते अंदरूनी भाषण नूं असीं राइट आंसर दे तौर ते चुणांगे। सोशल स्पीच नूं कम्युनिकेशन लई असीं अपने विचारां नूं दूजिआं नूं दसणे, दूजे दे विचार सुणने हैं, इह सोशल लई होणा है। सो सोशल सोशल दो विच आया सी, इस आधार ते भी इहनां नूं रिजैक्ट कीता जा सकदा सी। इहदे विच कल्ली प्राइवेट स्पीच है, इह अच्छा क्वेश्चन बन सकदा है। सो इनर स्पीच भी गाइड करती है, एक इस विच एक कंसेप्ट वैगोस्की साहब दा समझ लेना चाहिदा है। अकॉर्डिंग टू वैगोस्की थ्योरी, लर्नर कैन बी एंगेज्ड इन लर्निंग ऑथेंटिकली ओनली व्हेन, एक क्वेश्चन हो चुका है हेठ लिखिया, विचों केड़ी सीखण रणनीति वैगोस्की द्वारा सुझाई गई है। विच ऑफ द फॉलोइंग लर्निंग स्ट्रैटेजी इज सुजेस्टेड बाय वैगोस्की, प्रोजेक्ट विधि। हुण तुसीं देख सकते हो कि केड़ी विधि नूं कढ़िया जा सकदा। अच्छा, प्रोजेक्ट है, सोशल है, मैं कहा ही सोशल ते अटैक करना है, हो सकता है, है ना। पर नॉलेज वधाउण लई थोड़ा जिहा दसदा, किलपैत्रिक जॉन डेवी दे नाल प्रैगमेटिस्ट सीगे, उन्होंने प्रोजेक्ट मैथड दिता सी। सो प्रोजेक्ट मैथड दे फादर कौन ने, किलपैत्रिक, नवी नॉलेज होगी। सो सोशल प्रोजेक्ट मैथड इहदे नाल मिलदा है, इहदे आधार ते असी रिजैक्ट करता। फ्लिप्ड लर्निंग टीचर सेंटर्ड लर्निंग है, टीचर सेंटर्ड अप्रोच वैगोस्की ने नहीं सुजैसट की, उन्होंने लर्नर LR लर्नर सेंटर्ड अप्रोच सुजैसट की है, कोऑपरेटिव रेसीप्रोकल टीचिंग है, ये रेसीप्रोकल टीचिंग है ना, वह उन्होंने सुजैसट की है। सो मैं पहला शुरू च नुकता दसिया सी कि सोशल इंटरैक्शन, रिलेशनशिप इंटरैक्शन, सोशल हैल्प, सोशल सपोर्ट, ये गल्ला याद रखनिया। सो रेसीप्रोकल शब्द परस्पर, परस्पर, परस्पर भी इहनूं इंडीकेट कर रहा ना, इस दे आधार ते भी तुसीं इसनूं राइट आंसर चुन सकते सी। फ्लिप्ड लर्निंग विच मीडिया ते ऑनलाइन लर्निंग जां जो वीडियो बच्चों नूं प्रोवाइड की जाती है, बच्चे तो लर्न करते हैं घर विच, ते बाद विच उसी दी डिस्कशन क्लासरूम च हुंदी है। इस तरह ब्लेंडेड लर्निंग उसकी एक पार्ट है, फ्लिप्ड लर्निंग। ये क्वेश्चन पूछा जा सकता है, फ्लिप्ड लर्निंग किहदा पार्ट है, ब्लेंडेड लर्निंग उसका उत्तर होएगा। नेक्स्ट है, गाइडेड लर्निंग इज ए पार्ट ऑफ, शायद टर्म नहीं सुनी होगी इसलिए क्वेश्चन पाया है। गाइडेड लर्निंग किस दा पार्ट है, जोन ऑफ प्रॉक्सिमल डेवलपमेंट दा, इंटर सॉरी रुकावट गतिविधियां दा, एक इत्थे मिसप्रिंट हो गया, मिसप्रिंट है, मेक बिलीव प्लीज नहीं है, मेक बिलीव प्ले, जिन्हों घर घर खेडना है, छोटे होंदे असीं भी खेडदे रहे। सोशल स्पीच किस दा पार्ट है, सो राइट आंसर है जोन ऑफ प्रॉक्सीमल डिवेलपमेंट का गाइडेड लर्निंग है। ध्यान नाल फिर याद करो कि सर्कल एक लगाया सी जिस दे विच असीं आई लिख लिया सी कि इंडिपेंडेंटली कम कर सकते हैं विदा हेल्प तो, और दूसरे दे विच हेल्प लिखी सी HELP कि हेल्प ना कम करना है। तीसरा जिहड़ा बाहर वाला एरिया है उस कांटा लाता सी कि नहीं कम होना ही नहीं है, मिडल वाले च टिक, इहदे विच कांटा, और यह जिहड़ा हेल्प ना करना है, हेल्प लैनी है ना, तो गाइडेड की है, मैं कहा सी उहदे नाल रिलेटेड शब्द भी पा सकते हैं, गाइडेड लर्निंग। वैसे कंसैप्ट गाइडेड
पार्टिसिपेशन वैगोत्स्की साहब का, गाइडड लर्निंग वैगोत्स्की की थ्यूरी ना, सो गाइडड लर्निंग इज डायरैक्ट इतने गाइड हो रहा है जैड पी डी दे विच, क्योंकि हैल्प लैनी है, गाइडेंस लैनी है, सेम मीनिंग बन रहे हैं, सो उदा पार्ट है। नेक्स्ट क्वेश्चन है, कंसैप्ट ऑफ जोन ऑफ प्रोक्सीमल डिवेलपमेंट इज क्रिटिसाइज एज, नज़दीकी विकास के खेत्र की धारणा की आलोचना की जाती है कि यह अस्थिर है, बहुत औखा क्वेश्चन है, सीधा नहीं मिलेगा, अनरियलिस्टिक है, अमरीला टर्म है, लैस कोगनेटिव रेलिवेंस है और कोगनेटिव डिस्टॉर्शन है। देखो असी ट्रिक फिर अप्लाई करके देखते हैं, कोगनेटिव डिवेलपमेंट जोन ऑफ प्रोक्सीमल डिवेलपमेंट का इन्ना अच्छा कंसैप्ट है क्योंकि हैल्प या गाइडेंस नाल बच्चा ज़्यादा लर्न करता है, सानू पता है, सो ये लैस कोगनेटिव रेलिवेंस यदि होएगी इसलिए इन्हू क्रॉस कर रहे हाँ। कोगनेटिव डिस्टॉर्शन है, बौद्धिक विगाड़ है, नैगेटिव है शब्द, इसनों भी कट रहे हाँ, सो घट के आधार पर इसनों कट रहे हाँ। हुण ये अनरियलिस्टिक किदां कह सकते हैं, इन्ना रियलिस्टिक है जे हैल्प दे नाल बच्चा लर्न कर रहा है, सो इस दे क्रिटिसिज़म किस तरह होया, देखो तुसी असी पहुँच गए, बिना उस तो पहुँच गए, अमरीला टर्म है, अमरीला टर्म इसलिए क्रिटिसिज़म किया गया है क्योंकि इहदे विच कई कोगनेटिव मॉडल ऑफ डिवेलपमेंट शामिल है, एक तो ज़्यादा, सो ये क्रिटिसिज़म क्योंकि क्रिटिसिज़म करना एक जरूरी भी हुंदा है थ्योरी दे विच, सो उसकी जिहड़े हर आस्पेक्ट नूं समझण लई, सो इत्थे क्वेश्चन खत्म हुंदे है वैगोत्स्की रिगार्डिंग, कोई क्वेश्चन होवे कमेंट बॉक्स च पुछ सकदे हो, किसी होर थिंकर ते तुसी इस तरह क्वेश्चन दे जरिए थ्योरी नूं समझना चाहते हो है ना, आम के आम गुटलियों के दाम, तो तुसी ऑर्डर कर सकते हो, एक टेट बेसिक कोर्स है, प्लेलिस्ट जाके देख सकते हो, उहदे विच एमसीक्यू नूं सॉल्व करन दीआं स्ट्रैटेजीज दसियां होईआं हन, पेपर अटैम्प्ट करन दी स्ट्रैटेजी दसी हुई है, और के एक टैग वर्ड हुंदे है जिहड़े वख वख नैशनल पॉलिसी लर्निंग थ्योरीज पोजिशन पेपर NCF 2020 पॉलिसी च बार बार वरते गए है, उत्तों राइट आंसर च बड़ी जल्दी पहुँचा जा सकता है, सो इन सारियां नूं मिला के तुसीं अच्छा स्कोर लै सकते हो। थैंक यू, कोई भी सुजैशन दे सकते हो, लर्न टू एक्चुअलाइज डॉक्टर थी सर।